ਵੇਵਰ ਮੈਂ ਭੇਜਣੇ ਪੈਸੇ ਬੜਾ ਮੈਂ ਆਖੇ ਮੈਂ ਖਾਂਦਾ ਕਹਿਣੀ ਇਹ ਹੈ ਆ ਪਹੁੰਚੇ ਸਾਂ ਇਤਾ ਆਜ਼ਾਦ ਹੋਟਲ ਤੇ ਲੇਕਿਨ ਮੈਂ ਤਾਂ ਕੋਈ ਇੱਕ ਬੰਦੇ ਦੀ ਖਾਵਾਂ ਜਿਹੜੇ ਮੇਰੇ ਖਾਸ ਖਾਸ ਬਿਲਕੁਲ ਦਿਲ ਦੇ ਕਰੀਬ ਹਨ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਵੀਰ ਕੀ ਹਾਲ ਹੈ ਠੀਕ ਹੈ ਤਬੀਅਤ ਸੇ ਠੀਕ ਹੈ ਮੈਂ ਹਾਂ ਮੁੰਤਜ਼ਰ ਮਹਿਦੀ ਅਤੇ ਤੂੰ ਸਾਡੇ ਦੇ ਵਿਓ ਮੇਰਾ ਯੂਟਿਊਬ ਚੈਨਲ ਵੀਰ ਮਹਿਦੀ ਵਲੌਗ ਔਰ ਵੀਰ ਅਲਹਮਦੁਲਿਲਾ ਠੀਕ ਠਾਕ ਹੈ ਜ਼ਾਕਰ ਕੁੜੇ ਕੋ ਸਫਾਈ ਕਰਾਉਣਾ ਖੜੇ ਮਸਜਿਦ ਦੀ ਅਤੇ ਫਿਲਹਾਲ ਫਰੀ ਹੈ ਅਤੇ ਸੁਬਹਾ ਸੁਬਹਾ ਉੱਠਿਆ ਹੈ ਮੋਬਾਈਲ ਆ ਖਰਾਬ ਦੂਜਾ ਤ੍ਰਿਸ਼ਾ ਦੀ ਮਾਰ ਹੈ ਬਲਕਿ ਜ਼ਿਆਦਾ ਮਾਰ ਕੀ ਗਈ ਹੈ ਅਤੇ ਹਾਲ ਮੋਬਾਈਲ ਠੀਕ ਕਰਵਾਇਆ ਅਤੇ ਫਿਲਹਾਲ ਵੀਡੀਓ ਕਰਨੇ ਪਏ ਸ਼ੁਰੂ ਇੱਥਾਂ ਅਤੇ ਅੱਜ ਥੋੜ੍ਹਾ ਜਿਹਾ ਕੰਮ ਹੈ ਉਹ ਕਰਨੇ ਹੈ ਕਿਉਂਕਿ ਦਾੜੀ ਥੋੜ੍ਹੀ ਜਿਹੀ ਵਧੀ ਸੀ ਵਧੀ ਅੱਜ ਹੈ ਜੁਮਾ ਰਾਤ ਜੁਮਾ ਵੱਲ ਜੁਮਾ ਹੀ ਪੜ੍ਹਨਾ ਸੀ ਕਿਉਂਕਿ ਇੱਥਾਂ ਜੋ ਆ ਗਏ ਹਾਂ ਵੱਲ ਲਾਜ਼ਮੀ ਜੁਮਾ ਪੜ੍ਹਨਾ ਚਾਹੀਦਾ ਹੈ ਤਾਂ ਫਿਲਹਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਚੈਨਲ ਕਰੋ ਸਬਸਕ੍ਰਾਈਬ ਬੈਲ ਆਇਕਨ ਦਾ ਲਾਜ਼ਮੀ ਕਲਿੱਕ ਕਰੋ ਵਾਲਾ ਪਾ ਸ਼ੁਰੂ ਕਰਨਾ ਅੱਜ ਦਾ ਮਜ਼ੇਦਾਰ ਅਤੇ ਨਵਾਂ ਵਲੌਗ ਸ਼ੁਰੂ ਸਾਰੇ ਹੈਦਰ ਵਾਸਤੇ ਦੁਆ ਕਰੋ ਗਰੀਬ ਬਿਮਾਰ ਆ ਆਪਰੇਸ਼ਨ ਕਰਾਏ ਔਰ ਦੇਖੋ ਵਿੰਦਾ ਦੇਖੋ ਸਦਕੇ ਸਦਕੇ ਖਾਨ ਗਿਰ ਗਿਆ ਖਾਨ ਤੂੰ ਵੀ ਦਿਖਾ ਜਾ ਸਲਾਮ ਹਾਂ ਇਹ ਇਹ ਖਾਨ ਦਾ ਦਿਲ ਹੈ ਮਨੇ ਮੈਂ ਖਾਨ ਦਾ ਦਿਲ ਹੈ ਭੇਜਣੇ ਪੈਸੇ 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 ਪੁੱਛੋ ਹੈਦਰ ਕੋਲ ਕਿਹੜਾ ਹੈਦਰ ਕਿਹੜਾ ਮੈਂ ਯਾਰ ਮੈਂ ਪੈਸੇ ਭੇਜਣੇ ਇੱਥਾ ਉਹ ਸੀ ਭੇਜਣੇ ਪੈਸੇ ਚੋਗੇ ਕਿਨ ਸਨ ਯਾਰੋ ਪੈਸੇ ਭੇਜਣੇ ਲਾਜ਼ਮੀ ਤੂੰ ਇਕੱਠੇ ਜੁਲਣ ਦਾ ਵਾਲਦਾ ਮੈਂ ਜੁਲਦਾ 4000 ਚਲੋ ਵੀ ਵਾਰ ਪੈਸੇ ਭੇਜਣੇ ਚਲੋ ਸ਼ੁਕਰ ਹੈ ਯਾਰ ਇੱਥਾਂ ਅੰਧਾਰਾ ਹੋ ਸੀ ਸਾਰਾ ਕਿਉਂਕਿ ਸੂਰਜ ਨਾ ਐਵੇਂ ਪਾਸੋਂ ਜੁਲਦੇ ਹੈ ਪੈਸੇ ਭੇਜਣੇ ਹੈ ਘਰ ਕਿਉਂਕਿ ਸਾਡੀ ਘਰ ਫੌਤ ਕੀ ਥਈ ਇਹਨਾਂ ਦੇ ਵੱਲ ਬਾਲੇ ਵੜਨੇ ਉੱਡੇ ਅਤੇ ਤਬੀਅਤ ਹੀ ਬਾਲੇ ਦੀ ਖਰਾਬ ਅਤੇ ਮੈਂ ਇੱਥਾਂ ਆਇਆ ਉਹਦਾ ਇਸਲਾਮਾਬਾਦ ਤਾਂ ਵਾਸਤੇ ਜੁਲਦੇ ਪੈਸੇ ਸੈਂਡ ਕਰੇ ਨੇ ਬੜਾ ਜਿਰ ਸ਼ਾਇਦ ਚਾਹਵੇਂ ਵੀ ਵਾਰ ਮੈਂ ਕੁਛ ਖਾਂਦਾ ਕਹਿ ਨਹੀਂ ਖਾਸ ਕਰ ਕਿਉਂਕਿ ਇਹ ਯਾਰ ਤੂੰ ਯਾਰ ਜਿਹੜੀ ਸ਼ਾਇਦ ਚਾਹਵੇਂ ਚਾਹ ਮੈਂ ਰਾਜ਼ੀ ਆ ਦਿੱਤਾ ਜਿਹੜੀ ਸ਼ਾਇਦ ਚਾਹ ਦੇ ਤੇ ਮੈਂ ਆਹ ਫੈਸਲਾ ਨਹੀਂ ਕਰਨਾ ਨਾ ਕਿਉਂਕਿ ਮੈਂ ਕੁਛ ਖਾਂਦਾ ਕਹਿ ਨਹੀਂ ਯਾਰ ਹੈਦਰ ਮੈਂ ਪੈਸੇ ਸੈਂਡ ਕਰਨੇ ਜ਼ਾਲੇ ਮਾਂ ਯਾਰ ਇਹ ਗਲਤ ਗੱਲ ਹੈ ਅੱਜ ਵੱਜ ਲੂੰ ਯਾਰ ਮੈਂ ਕੁਛ ਜਿਹੜੀ ਸ਼ਾਇਦ ਤੂੰ ਚਾਹ ਦੇ ਮੈਂ ਉਹ ਸ਼ਾਇਦ ਖਮਸਾ ਯਾਰ ਹੈਦਰ ਇਹ ਨਾ ਕਰ ਯਾਰ ਹੁਣ ਮੈਂ ਦੇਖੋ ਕੀ ਆਖਾਂ ਚਿਪਸ ਤਾਂ ਚਾ ਗਏ ਯਾਰ ਚਿਪਸ ਤਾਂ ਖਾ ਯਾਰ ਤਰਾ ਕੇ 2 ਕਿਲੋ ਚਾਵਲ ਯਾਰ ਯਾਰ ਕੁਛ ਹੈ ਤੂੰ ਚਾ ਰਿਹਾ ਯਾਰ ਮੈਂ ਤਾਂ ਹਾਂ ਹਾਂ ਮੈਂ ਤਾਂ ਵਜਰ ਸੇ ਚਾ ਦੇ ਮੈਂ ਅੱਲਾ ਦੀ ਕਸਮ ਮੈਂ ਰਾਜ਼ੀ ਹਾਂ ਯਾਰ ਹੈ ਦਰਜੇ ਸੇ ਚਾ ਰਹੇ ਪਸਾਂ ਮੈਂ ਰਾਜ਼ੀ ਹਾਂ ਜੇਰੀ ਸ਼ਾਇ ਚਾ ਰਹੇ ਤੇ ਬੜਾ ਤੂੰ ਚਾ ਵੇਲਾ ਤੀ ਦੁਕਾਨ ਵਾਲੇ ਦੇ ਦੇਖਣੇ ਤੇ ਬਸ ਕਿਸੇ ਲੁੱਟਣਾ ਹੈ ਖਾਣ ਮਤਾਂ ਚਾ ਵੇਲਾ ਯਾਰ ਲੰਗਾ ਯਾਰ ਕੋਈ ਚੀਜ਼ ਲੋ ਦੁਕਾਨ ਵਿੱਚ ਮੈਂ ਬੜਾ ਗਾਲ ਸੁਣ ਜੇਰੀ ਸ਼ਾਇ ਹੈਦਰ ਹੈਦਰ ਜੇਰੀ ਸ਼ਾਇ ਚਾ ਦੇ ਸੇ ਮੈਂ ਰਾਜ਼ੀ ਹਾਂ ਤੇਰੋ ਤੇ ਯਾਰ ਤੂੰ ਘੇਨ ਜੁੱਲੂ ਮੈਂ ਉਹਦੇ ਪੈਸੇ ਸੈਂਡ ਕਰਨ ਬੜਾ ਉਹ ਨਾ ਮਣਨੇ ਯਾਰ ਮੈਂ ਗਾਲ ਸੁਣ ਭਾਈ ਯਾਰ ਇਹ ਤਾਂ ਗਾਲ ਗਲਤ ਹੈ ਨਾ ਸਾਲੇ ਚ ਚਲੋ ਇਹ ਬਸ ਬੜਾ ਮੈਂ ਆਖੇ ਮੈਂ ਖਾਂਦਾ ਕਹਿ ਨਹੀਂ ਇਹ ਹੈ ਤੇ ਪਤਾ ਤਾਂ ਹਾਂ ਇਹ ਮੈਂ ਤੂੰ ਮੁਫਤ ਮੈਂ ਖਵਾ ਛੋੜੀ ਬੜਾ ਵਿਵਾਰ ਗਿੱਤੇ ਫਿਲਮਾਂ ਦਿੱਤੇ ਜ਼ਬਰਦਸਤੀ ਅਤੇ ਗਿਣਦੇ ਜੁਲਦੇ ਘਰ ਪੈਸੇ ਪਵਾਇਆ ਸਹੀ ਮੋਬਾਈਲ ਕਿਉਂਕਿ ਸਮੇਂ ਨਹੀਂ ਆਈਫੋਨ ਦੇ ਵਿੱਚ ਪੈਸੇ ਜੁਲਦੇ ਪਹਿਲੇ ਸੈਂਡ ਕਰਨੇ ਘਰ ਆ ਮੈਂ ਹੁਣ ਭੈੜਾ ਕੀ ਮਸਲਾ ਹੀ ਸਮੇਂ ਤੂੰ ਹੀ ਯੂ ਆਰ ਹੈਦਰ ਜ਼ਬਰਦਸਤੀ ਗਿਣਦੀ ਤੀ ਸ਼ਾਇ ਲੇਕਿਨ ਤੂੰ ਪਤਾ ਮੈਂ ਤਾਂ ਖਾਂਦਾ ਕਿੰਨੀ ਚੀਜ਼ਾਂ ਲੇਕਿਨ ਵਲਾ ਵੀ ਆਉਣ ਵਾਲੇ ਨਾ ਵੱਲ ਉਹ ਤਾਂ ਉਹ ਤੱਕ ਆਮਦਨ ਆ ਜੇ ਸ਼ੱਕ ਕੁਛ ਇਹਨਾਂ ਨਾਲ ਬਹਰਹਾਲ ਪੈਸੇ ਪਵਾਇਆ ਤੇ ਜੁਲਦੇ ਘਰ ਅਤੇ ਪੈਸੇ ਸੈਂਡ ਕਰੇ ਨੇ ਜੈਜ਼ ਕੈਸ਼ ਐਪ ਦੇ ਵਿੱਚੋਂ ਉਹਨੂੰ ਜਲਦੀ ਪੜ੍ਹਿਆ ਸੀ ਨੀਡੂ ਟਾਈਮਰ ਲੱਗ ਗਈ ਸੀ ਨਾਸ਼ਤਾ ਕਾਰ ਕੀਤੇ ਤੇ ਫਰੀ ਥੀ ਗਏ ਸੀ ਪੈਸੇ ਘਰ ਫੇਰ ਗਏ ਸੀ ਅਤੇ ਅੱਜ ਇਹ ਜੁੰਮਾ ਰਾਤ ਦਾੜੀ ਬੜਵਾ ਗਏ ਨੂੰ ਕਿਉਂਕਿ ਕੱਲ੍ਹ ਜੁੰਮਾ ਕਾਲੋ ਸੀ ਰਸ਼ ਜ਼ਿਆਦਾ ਕਿਉਂਕਿ ਇਸਲਾਮਾਬਾਦ ਦਾ ਸ਼ਹਿਰ ਹੈ ਨਾ ਅਤੇ ਇੱਥਾਂ ਰਸ਼ ਬਿਲਕੁਲ ਜ਼ਿਆਦਾ ਹੁੰਦੇ ਜੁੰਮੇ ਦੇ ਵੀ ਅਤੇ ਤਾਂ ਵਾਸਤੇ ਫਿਲਹਾਲ ਜੁਲਦੇ ਹੈ ਇੱਕ ਦੋਸਤ ਹੈ ਪਿਛਲੀ ਦਫ਼ਾ ਦੂ ਦਫ਼ਾ ਉਹਨੇ ਕੋਲ ਦਾੜੀ ਬੜਵਾ ਗਈਆਂ ਅਤੇ ਉਹਦੇ ਕੋਲ ਜੁਲਦੇ ਆਪਾਂ ਦਾੜੀ ਬੜਵੇ ਨੇ ਵਾਲ ਵਾਪਸੀ ਵੱਲਦੇ ਅਤੇ ਪਾਣੀ ਵਹਿੰਦੇ ਕਿਉਂਕਿ ਉਹ ਤੋਂ ਨਮਾਜ਼ ਦਾ ਟਾਈਮ ਇੱਥੇ ਵਾਲਾ ਹੈ ਯਾਰ ਮਾਸ਼ਾਅੱਲਾ ਦਾ ਲੋਕ ਚੈੱਕ ਕਰੋ ਕਿਤਨੀ ਪਿਆਰੀ ਲੋਕ ਹੈ ਮੇਰੀ ਇੱਥੇ ਫਰਕ ਕੀ ਹੋਏ ਦਾੜੀ ਬਣਵਾਉਣ ਦਾ ਜੋ ਸਾਡੇ ਇਲਾਕੇ 'ਤੇ ਇੱਥਾਂ ਕਿਉਂਕਿ ਸ਼ਹਿਰ ਹੈ ਨਾ
ਇੱਥੇ ਤੂੰ 250 ਕਿੰਦੇ ਨਾਲੇ ਬਣਾਉਣ ਦਾ ਸਾਡੇ ਕੋਲ 50 ਰੁਪਏ ਕਿੰਦੇ ਨੇ ਇਹੋ ਕੋਈ ਤਾਂ ਫਰਕ ਹੈ ਬਾਕੀ ਮਾਸ਼ਾਅੱਲਾ ਬੜਾ ਪਿਆਰਾ ਸੀ ਨਹੀਂ ਪਿਆਰਾ ਕੈਂਸੀ ਬੜਾ ਫਿਲਹਾਲ ਜੁਲਦੇ ਹੈ ਟਾਈਮ ਕਲੋਜ਼ ਹੈ ਜੁਲਦੇ ਪਾਣੀ ਵਾਣੀ ਤਾਂ ਨਮਾਜ਼ ਦਾ ਟਾਈਮ ਉੱਥੇ ਬਣਾ ਲਿਆ ਵਾ ਹਲ ਨਮਾਜ਼ ਪੜਸੋ ਨਾ ਵੀਰ ਪਾਣੀ ਵਾਹਦੇ ਠੀਕ ਹੈ ਫਰੈਸ਼ ਅਤੇ ਨਮਾਜ਼ ਗਈ ਹੈ ਮੁੱਖ ਅਸਾਂ ਹੁਣ ਪੈਦੇ ਨੇ ਅਤੇ ਫਿਲਹਾਲ ਜੁਲਦੇ ਨਮਾਜ਼ ਸ਼ਮਾਜ਼ ਪੜ੍ਹਦੇ ਹਾਂ ਅਤੇ ਨਮਾਜ਼ ਪੜ੍ਹਦੇ ਵਾਲਾ ਫਰੀ ਥੀ ਨਹੀਂ ਵਾਲਾ ਇਨਸ਼ਾਅੱਲਾ ਵੀਡੀਓ ਤੱਕ ਰਹੇ ਐਂਡ ਅਤੇ ਨਵਾਂ ਟਵਿਸਟ ਹੈ ਅੱਜ ਵੀਰ ਨਮਾਜ਼ ਪੜ੍ਹ ਗਈ ਦੇਸੇ ਅਤੇ ਵਹਿੰਦੇ ਪਏ ਅਸਾਂ ਕੁਛ ਗਿਣਨ ਵਾਸਤੇ ਕਿਉਂਕਿ ਜਿਹੜੇ ਸ਼ਹਿਰ ਵਾਲੇ ਹੁਣ ਇਹਨਾਂ ਬੰਦੇ ਉਹਨਾਂ ਦਾ ਮਾਹੌਲ ਚੰਗਾ ਹੈ ਜੋ ਕੁਛ ਨਾ ਪੱਕੇ ਤਾਂ ਦੁਕਾਨ ਨਾਲ ਹੋਈ ਸ਼ਹਿਰ ਰਹਿੰਦੇ ਪੈਣ ਵਾਂਦੇ ਕੋਈ ਨਾ ਕੁਛ ਗਿਣ ਗਈ ਦੀ ਅਸਾਂ ਜਿਹੜੇ ਮਾਸ਼ਾਅੱਲਾ ਦਿਹਾਤ ਵਾਲੇ ਸੇ ਸਾਊਥ ਦੇ ਵੱਲ ਸਫ਼ਰ ਕਰਨਾ ਪਾਉਂਦੇ ਤਾਂ ਫਿਲਹਾਲ ਵਹਿੰਦੇ ਪਏ ਕਈ ਹੋਟਲ ਦੇ ਕੁਛ ਗਿਣਦੇ ਹੈ ਅਤੇ ਵੱਲ ਵਾਪਸੀ ਤੱਕ ਹੋਟਲ ਦਾ ਮਾਹੌਲ ਲਿਖਿਆ ਸਾਨੂੰ ਇਸਲਾਮਾਬਾਦ ਹੋਟਲਾਂ ਕਿਵੇਂ ਹੁੰਦੇ ਨੇ ਲੇਕਿਨ ਫਿਲਹਾਲ ਪਹਿਲੇ ਪੁੱਜੂ ਤਾਂ ਵੱਲ ਫਿਲਹਾਲ ਤਾਂ ਹੌਲੇ 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 ਵੇਂਦਾ ਪਿਆ ਮੋਟਰਸਾਈਕਲ ਕਿਉਂਕਿ ਰੇਹੜ ਨਾ ਤਾਂ ਵਾਸਤੇ ਹੋਟਲ ਦੇ ਪੁੱਜਣਾ ਵੱਲ ਮਤਲਬ ਲਿਖੇ ਨਾ ਆਜ਼ਾਨ ਹੋਟਲ ਹੈ ਮਾਸ਼ਾਅੱਲਾ ਆ ਪਹੁੰਚੇ ਹਾਂ ਤਾਂ ਆਜ਼ਾਨ ਹੋਟਲ ਦੇ ਉੱਤੇ ਸਹੀ ਤੂੰ ਕਹਿੰਦਾ ਕੁਛ ਗਿਣਦੇ ਨੇ ਦੇਖੋ ਫਰੈਸ਼ ਇੱਥੇ ਇਸਲਾਮਾਬਾਦ ਤਰੱਕੀ ਹੈ ਜੇ ਇਤਨੇ ਪਿਆਰੇ ਪਿਆਰੇ ਸਾਲਨ ਦਾ ਬਾਰਾਂ ਚੀਜ਼ਾਂ ਦੱਸੀ ਵੀਰ ਅਸਾਂ ਆ ਗਏ ਹੋਟਲ ਸਾਲਨ ਵਗੈਰਾ ਗਏ ਘਰ ਲੇਕਿਨ ਮੈਂ ਤਾਂ ਕੋਈ ਇੱਕ ਬੰਦੇ ਦੀ ਖਾਵਾਂ ਜਿਹੜੇ ਮੇਰੇ ਖਾਸ ਖਾਸ ਬਿਲਕੁਲ ਦਿਲ ਦੇ ਕਰੀਬ ਹਨ ਇਹ ਮਾਸ਼ਾਅੱਲਾ ਲੰਗਰ ਕਰਨ ਦੇ ਬੈਠੇ ਹੋਏ ਮੈਂ ਸੁਣਿਆ ਯਾਰ ਖਾਨ ਘਰ ਵੇਂਦਾ ਪਈ ਮੈਂ ਮਾਸ਼ਾਅੱਲਾ ਇਹ ਹੈਦਰ ਵੀਰਾ ਇਹ ਸੀ ਸਾਡੇ ਠੇਕੇਦਾਰ ਹਨ ਜਿਹੜੇ ਮਸਜਿਦ ਵਗੈਰਾ ਬਣਾਉਂਦੇ ਪਏ ਨੇ ਇਹ ਤਾਂ ਨਿਕੰਮਾ ਜਿਹੜਾ ਚੁੱਪ ਨਹੀਂ ਕਰੇ ਨਾ ਉੱਤੇ ਦੇਖਵਾਏ ਉਹ ਉੱਤੇ ਦੇਖਵਾਲ ਵੱਡਾ ਵਲੋਗ ਵਲੋਗ ਕਰੇ ਨਹੀਂ ਹੁਣ ਉੱਤੇ ਦੇਖ ਇਹ ਮਾਸ਼ਾਅੱਲਾ ਖਾਨ ਸਾਹਿਬ ਹੈ ਅੱਜ ਖਾਨ ਸਾਹਿਬ ਘਰ ਵੇਂਦੇ ਪਏ ਖਾਣਾ ਬਿਸਮਿਲ੍ਲਾ ਸਿੰਘ ਖਾਓ ਮਾਹੌਲ ਬਿਲਕੁਲ ਫਰੈਸ਼ ਫਰੈਸ਼ ਤਾਜ਼ਾ ਨਵਾਂ ਸ਼ਹਿਰਾਂ ਵਾਲੇ ਦਾ ਇਹੋ ਫਾਇਦਾ ਇੱਥੇ ਵੇ ਕੋਈ ਨਾ ਕੁਛ ਜ਼ਰੂਰਤ ਹੋਵੇ ਤਾਂ ਸ਼ਹਿਰ ਨਾਲ ਵਧੇ ਕਿਤੇ ਤਾਂ ਸਾਧਿਆਤ ਵਾਲੇ ਕਿੱਥੇ ਕਿੱਥੇ ਰੁਲੂ ਵਧੇ ਕਿੱਥਾ ਕਿੱਥਾ ਨਾ ਰੁਲੂ ਵਧੇ ਆਏ ਧੁੱਪ ਤੇ ਬਾਹਰ ਦਾ ਮਜ਼ਾ ਅਲੱਦਾ ਹੈ ਜਿੱਥੇ ਨਾ ਫਰੈਸ਼ ਬੰਦਾ ਲੱਗਦੇ ਤਾਂ ਧੁੱਪੇ ਬਾਹਰ ਮੁਰਸ਼ਦ ਗਏ ਘਰ ਸਾਲਾਂ ਚ ਆ ਗਏ ਤਿਆਰ ਕਰੇ ਸੀ ਤਾਂ ਵੱਲ ਮੇ ਕੋ ਇੰਨੀ ਜਿਹੜਾ ਪਲੇਟਾਂ ਪੇਸਣ ਵੱਲ ਮੇ ਕਰੇ ਸੀ ਕਾਲ ਦੇ ਵੱਲ ਮੈਂ ਵੇਸਾਂ ਬਹਰਹਾਲ ਇੱਥੇ ਹੀ ਕਰਨੇ ਆਪਾਂ ਅੱਜ ਵੀਡੀਓ ਦਾ ਐਂਡ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਅਗਰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਹੈ ਤਾਂ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਬੈਲ ਆਇਕਨ ਔਰ ਆਲ ਲਾਜ਼ਮੀ ਕਲਿੱਕ ਕਰਨਾ ਤੋ ਦੁਬਾਰਾ ਮਿਲੇਂਗੇ ਨਈ ਵੀਡੀਓ ਔਰ ਨਏ ਵਲੌਗ ਕੇ ਸਾਥ ਕਾਲ ਤਬ ਤੱਕ ਕੇ ਲੀਏ ਅੱਲਾ ਹਾਫਿਜ਼।